अपनी ट्रेनिंग आया जबकि जो ये मेन बस ਦਾ ਜਿਹਦੇ ਨਾਂ ਤੇ ਗੱਡੀ ਆਊਟਾ ਡਰਾਈਵਰ ਉਹ ਆਪਣੇ ਪਿੰਡ ਉੱਤਰ ਜਾਂਦਾ ਜੀ ਇੱਥੋਂ 30 ਕਿਲੋਮੀਟਰ ਦੂਰ ਆ ਜੀ ਇਹ ਵਿਚਾਰਾ ਅਨਟ੍ਰੇਨਡ ਬੰਦਾ ਇੱਥੇ ਗੱਡੀ ਲੈ ਕੇ ਆਉਂਦਾ ਇੱਥੋਂ ਫੇਰ ਲੈ ਕੇ ਜਾਂਦਾ ਡਰਾਈਵਰ ਬਹਾਨੇ ਨਾਲ ਕਹਿ ਦਿੰਦਾ ਮੈਂ ਦਵਾਈ ਲੈਣ ਚੱਲਾਂ ਮੈਂ ਇਹ ਚੱਲਾਂ ਇਹ ਸਵੇਰੇ ਡਰਾਈਵਰ ਇੱਥੋਂ ਵਿਚਾਰਾ ਗੱਡੀ ਲੈ ਕੇ ਗਿਆ ਜੀ ਫੇਰ ਨਵੇਂ ਸ਼ਹਿਰ ਉਹ ਅੱਗੇ ਲੈ ਕੇ ਗਿਆ ਇਹ ਫੇਰ ਅੱਜ ਹੁਣ ਇੱਥੋਂ ਤੱਕ ਲੈ ਗਿਆ ਜੈਦਪੁਰੋਂ ਡਰਾਈਵਰ ਉੱਤਰ ਗਿਆ ਜੀ ਜਦਕਿ ਕੰਡਕਟਰ ਦੀ ਇਹ ਮਿਲੀ ਭੁਗਤ ਦੇ ਨਾਲ ਹੋ ਰਿਹਾ गलबात हो जाए छा दवा इदा की कोई गल नहीं सवेरे भी बंदा इतों बस लैके गया हूँ फिर इतने बस लैके आया और साडे एस आई सामने उसे कोई कार्रवाई नहीं की कोई बंदे की फसल पक्की पी है जिस विरोध में आप बंद किया बंदे ट्रेन लाने बंदे बस हम तो आप भाजी की नाम रजनीश कुमार भाजी केड़ी बस चलाने नवा शहर टिप्पू रोड पर दो दिन की ट्रेनिंग है चार दिन चौथा दिन किन्ने गेड़े ला ले अज एक ही लाया जेड़ा मेन ड्राइवर है बस का ओ किथे है ओ दवाई लेने गया घर जैतपुर उतरिया जैतपुर बस मैं लेके किन्ने देर हो गए जैतपुर इत्थे लियांदे आ नु अज लियांदे इस वेले लेके गया जैतपुर तक आगे ड्राइवर जेड़ा मेन ड्राइवर आ आगे ओहो ड्राइवरिंग तुसी पहला की करदे सी मैं पहला मिनी भी चलाउंदा रहा ट्रक भी चलाउंदा रहा पहला ट्रक चलाउंदे रहे मैनेजमेंट आके फड़िया की कारण हड़ताल ठीक है बस लैके आए बंदे लैके आए बस सरकार ने ट्रेन का बंदा भेजा ਡਰਾਈਵਰ ਸਾਹਿਬ ਪੁੱਛੋ ਕਿ ਨਹੀਂ ਕੀ ਕਾਰਵਾਈ ਕੀਤੀ ਕੀ ਨਹੀਂ ਕੀਤੀ ਵੀਰੇ ਨਹੀਂ ਤੁਸੀਂ ਜਦੋਂ ਲੈ ਕੇ ਬੱਸ ਤੁਰੇ ਤੁਸੀਂ ਨਹੀਂ ਵਿਰੋਧ ਕੀਤਾ ਉਹਦਾ ਮੈਂ ਭਾਜੀ ਉਹ ਡਰਾਈਵਰ ਸਾਹਿਬ ਖੜੇ ਉਹਨੂੰ ਪੁੱਛੋ ਵੀਰੇ ਕਿਦਾਂ ਨਹੀਂ ਤੁਸੀਂ ਭਾਜੀ ਫੇ ਕਿਦਾਂ ਇੰਨੀਆਂ ਜਾਨ ਨਾਲ ਨਾ ਖਲਵਾੜ ਕਰਕੇ ਲਿਆਏ ਬੱਸ ਜੇ ਕੋਈ ਮਿਸ ਹੈਪਨਿੰਗ ਹੋ ਜਾਂਦੀ ਕੌਣ ਜ਼ਿੰਮੇਵਾਰ ਹੁੰਦਾ ਉਹਦਾ ਭਾਜੀ ਜੇ ਕੋਈ ਮਿਸ ਹੈਪਨਿੰਗ ਹੋ ਜਾਂਦੀ ਇੰਨੀਆਂ ਸਵਾਰੀਆਂ ਦੇ ਨਾਲ ਕੌਣ ਜ਼ਿੰਮੇਵਾਰ ਹੁੰਦਾ ਉਹਦਾ अपना नाम की है ना तो दस दे हरदीप सिंह कितों बस आई कि चेंज किया ड्राइवर अपने बस के कंडक्टर नहीं पता कि उतरे हां जी जैतपुर किन्ने दिन हो गए ड्राइवर अनट्रेन ड्राइवर बस लिया इतने सवेरे आठ नाल आया मेरे ठीक है ਉਹਦਾ ਟ੍ਰੇਨਿੰਗ ਦੇ ਚੱਲਦੇ ਤਿੰਨ ਚਾਰ ਦਿਨ ਹੋ ਗਏ ਟ੍ਰੇਨਿੰਗ ਕਰਦੇ ਬੰਦੇ ਨੂੰ ਸੈਨ ਬਕਾਇਦਾ ਦੀ ਟ੍ਰੇਨਿੰਗ ਦੇ ਸੈਂਟਰ ਦੇ ਸਿੱਪ ਤੇ ਸੈਨ ਹੋਏ ਨੇ ਭਾਜੀ ਹੈਲੋ
ਭਾਜੀ ਕੀ ਨਾਮ ਆ? ਮੇਰਾ ਨਾਮ ਜੀ ਰਮਿੰਦਰ ਸਿੰਘ, ਪੰਜਾਬ ਰੂਰਲ ਬਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਹੁਸ਼ਿਆਰਪੁਰ ਡੀਪੂ ਦਾ ਮੈਂ ਪ੍ਰਧਾਨ ਹਾਂ ਜੀ। ਇਹ ਜੋ ਡਰਾਈਵਰ ਅੱਜ ਜਿਹੜੀ ਸਾਡੇ ਜਿਸ ਮੁੱਦੇ ਤੇ ਸਾਡੀ ਹੜਤਾਲ ਹੋ ਰਹੀ ਆ ਕਿ ਜਿਹੜੀ ਆਊਟਸੋਰਸ ਤੇ ਨਵੀਂ ਭਰਤੀ ਕਰ ਰਹੇ ਆ, ਇਹਨਾਂ ਦੀ ਜਵਾਨੀ ਦਾ ਸ਼ੋਸ਼ਣ ਕਰ ਰਹੇ ਨੇ 9100 ਰੁਪਏ ਤੇ ਭਰਤੀ ਕਰਕੇ। ਇਹ ਡਰਾਈਵਰ ਔਨ ਰੂਟ ਆਪਣੀ ਟ੍ਰੇਨਿੰਗ ਤੇ ਆਇਆ, ਜਦਕਿ ਜੋ ਇਹ ਮੇਨ ਬੱਸ ਦਾ ਜਿਹਦੇ ਨਾਂ ਤੇ ਗੱਡੀ ਆਊਟ ਆ ਡਰਾਈਵਰ, ਉਹ ਆਪਣੇ ਪਿੰਡ ਉਤਰ ਜਾਂਦਾ ਜੀ, ਇੱਥੋਂ 30 ਕਿਲੋਮੀਟਰ ਦੂਰ ਆ ਜੀ। ਇਹ ਵਿਚਾਰਾ ਅਨਟ੍ਰੇਨਡ ਬੰਦਾ ਇੱਥੇ ਗੱਡੀ ਲੈ ਕੇ ਆਉਂਦਾ, ਇੱਥੋਂ ਫੇਰ ਲੈ ਕੇ ਜਾਂਦਾ। ਡਰਾਈਵਰ ਬਹਾਨੇ ਨਾਲ ਕਹਿ ਦਿੰਦਾ ਮੈਂ ਦਵਾਈ ਲੈਣ ਚੱਲਾਂ, ਮੈਂ ਇਹ ਚੱਲਾਂ। ਇਹ ਸਵੇਰੇ ਡਰਾਈਵਰ ਇੱਥੋਂ ਵਿਚਾਰਾ ਗੱਡੀ ਲੈ ਕੇ ਗਿਆ ਜੀ, ਫਿਰ ਨਵੇਂ ਸ਼ਹਿਰ ਉਹ ਅੱਗੇ ਲੈ ਕੇ ਗਿਆ, ਇਹ ਫਿਰ ਅੱਜ ਹੁਣ ਇੱਥੋਂ ਤੱਕ ਲੈ ਗਿਆ, ਜੈਦਪੁਰੋਂ ਡਰਾਈਵਰ ਉਤਰ ਗਿਆ ਜੀ। ਜਦਕਿ ਕੰਡਕਟਰ ਦੀ ਇਹ ਮਿਲੀ ਭੁਗਤ ਦੇ ਨਾਲ ਹੋ ਰਿਹਾ। ਇਹ ਡਰਾਈਵਰ ਜੋ ਨਵਾਂ ਆਇਆ, ਇਸ ਨੂੰ ਇਸ ਦੇ ਮਹਿਕਮੇ ਦੇ ਰੂਲਾਂ ਬਾਰੇ ਅਜੇ ਕੁਛ ਨਹੀਂ ਪਤਾ, ਇਸ ਕਰਕੇ ਇਸ ਨੂੰ ਅਨਟ੍ਰੇਨਡ ਡਰਾਈਵਰ ਨੂੰ ਗੱਡੀ ਦੇ ਕੇ ਉਹ ਆਪ ਡਰਾਈਵਰ ਉਤਰ ਜਾਂਦਾ ਤੇ ਗੱਡੀ ਅੱਗੇ ਇਹ ਲੈ ਕੇ ਆਉਂਦਾ ਹੈ ਜੀ ਡਰਾਈਵਰ ਜੋ ਅਨਟ੍ਰੇਨਡ ਹੈ। ਟਰਾਂਸਪੋਰਟ ਮੰਤਰੀ, ਡਾਇਰੈਕਟਰ ਸਟੇਟ ਟਰਾਂਸਪੋਰਟ, ਟਰਾਂਸਪੋਰਟ ਸੈਕਟਰੀ ਨੂੰ ਕਿ ਜਿਹੜੇ 28 ਅਨਟ੍ਰੇਨਡ ਡਰਾਈਵਰ ਭਰਤੀ ਕੀਤੇ ਆ, ਪਹਿਲਾਂ ਉਹਨਾਂ ਨੂੰ ਮਹੂ ਆਣੇ ਟ੍ਰੇਨਿੰਗ ਤੇ ਭੇਜਿਆ ਜਾਵੇ, ਜਾਂ 15-15 ਦਿਨ ਜਿਹੜੇ ਟ੍ਰੇਨਿੰਗ ਸਕੂਲ ਬਣਿਆ ਸਾਡਾ ਚੰਡੀਗੜ੍ਹ ਦੇ ਸਥਿਤ ਉੱਥੇ ਭੇਜਿਆ ਜਾਵੇ। ਪਰ ਕਿਤੇ ਨਾ ਕਿਤੇ ਮੈਨੇਜਮੈਂਟ ਤੇ ਸਾਡੇ ਜਿਹੜੇ ਅਧਿਕਾਰੀ ਉੱਚ ਅਧਿਕਾਰੀ ਨੇ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਅਜਿਹੇ ਡਰਾਈਵਰਾਂ ਨੂੰ ਜੋ ਅਨਟ੍ਰੇਨਡ ਨੇ ਉਹਨਾਂ ਨੂੰ ਭੇਜਿਆ ਜਾ ਰਿਹਾ, ਤੇ ਜੋ ਅਣਸੁਖਾਵੀਆਂ ਘਟਨਾ ਵੱਧ ਸਕਦੀਆਂ ਨੇ, ਸਵਾਰੀਆਂ ਦੀ ਜਾਨ ਨੂੰ ਖਤਰਾ ਹੋ ਸਕਦਾ, ਇਹੋ ਜਿਹੇ ਜੋ ਅਨਟ੍ਰੇਨਡ ਡਰਾਈਵਰ ਭੇਜੇ ਜਾ ਰਹੇ ਨੇ ਪੰਜਾਬ ਰੋਡ ਦੇ ਵਿੱਚ। ਦੇਖੋ ਜੀ, ਜਦੋਂ ਅਸੀਂ ਸਾਡਾ ਧਰਨਾ ਚੱਲ ਰਿਹਾ, ਅੱਜ ਚੌਥੇ ਦਿਨ ਸਾਡਾ ਜਿਹੜਾ ਧਰਨਾ ਲੱਗ ਰਿਹਾ, ਅਸੀਂ ਡੀਪੂ ਦੇ ਬਾਹਰ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਸੀ। ਨਵੇਂ ਸ਼ਹਿਰ ਡੀਪੂ ਦੇ ਪ੍ਰਧਾਨ ਦਾ ਮੈਨੂੰ ਫੋਨ ਆਇਆ ਕਿ ਸਾਡੀ ਕੋਈ ਟ੍ਰੇਨਿੰਗ ਵਾਲਾ ਡਰਾਈਵਰ ਆ ਜੋ ਕਿ ਗੱਡੀ ਲੈ ਕੇ ਆਇਆ। ਮੈਨੂੰ ਤੁਰੰਤ ਪਤਾ ਲੱਗਾ ਤੇ ਜਦ ਮੈਂ ਇੱਥੇ ਆਇਆ, ਬੱਸ ਸਟੈਂਡ ਦੇ ਵਿੱਚ ਆਇਆ ਤਾਂ ਉਹ ਡਰਾਈਵਰ ਗੱਡੀ ਦੇ ਵਿੱਚ ਨਹੀਂ ਸੀ, ਇਹ ਡਰਾਈਵਰ ਗੱਡੀ ਇਨ ਕਰ ਰਿਹਾ ਸੀ ਤੇ ਇਹਨਾਂ ਨੂੰ ਅਸੀਂ ਮੌਕੇ ਤੇ ਫੜਿਆ। ਇਹਨਾਂ ਦਾ ਕਨੈਕਟਰ ਵੀ ਇੱਥੇ ਮੌਜੂਦ ਆ, ਜਦੋਂ ਉਹਨੂੰ ਪਤਾ ਲੱਗਾ ਕਿ ਅਸੀਂ ਗੱਡੀ ਆਣ ਕੇ ਫੜ ਲਈ, ਉਹ ਕਨੈਕਟਰ ਮੌਕੇ ਤੋਂ ਭੱਜ ਗਿਆ। ਹੁਣ ਕਨੈਕਟਰ ਨੂੰ ਵੀ ਸੱਦੇ ਆ ਤੇ ਉਹਨਾਂ ਦੇ ਬਿਆਨ ਵੀ ਲੈਂਦੇ ਆ। ਇਹਨੂੰ ਮੌਕੇ ਤੇ ਫੜਨ ਦੇ ਨਾਲ ਇਹ ਸਵੇਰੇ ਇੱਥੋਂ ਗੱਡੀ ਲੈ ਕੇ ਵੀ ਗਿਆ, ਫਿਰ ਲੈ ਕੇ ਵੀ ਆਇਆ। ਪਰ ਜੇ ਕੋਈ ਅਣਸੁਖਾਵੀ ਘਟਨਾ ਹੋ ਜਾਂਦੀ ਤਾਂ ਕੌਣ ਜ਼ਿੰਮੇਵਾਰ ਸੀ ਇਹਦਾ?